ਪਿੰਡ ਆਰੀਆਂ ਵਾਲ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਗੁਰਪ੍ਰੀਤ ਸਰਪੰਚ ਨੇ 130 ਫੁੱਟ 22 70 ਫੁੱਟ ਦਾ 70 ਹੀ ਨਾ ਹਾਂਜੀ ਹਾਂਜੀ ਆ ਇੱਕ ਕਮਿਊਨਿਟੀ ਹਾਲ ਬਣਾਇਆ ਔਰ ਬਾਹਰ ਗਾਰਡਨ ਬਹੁਤ ਵਧੀਆ ਬਣਾਇਆ ਔਰ ਕੁਆਲਟੀ ਕੰਸਟਰਕਸ਼ਨ ਆ ਹਾਈਟ ਪੂਰੀ ਆ ਔਰ ਇਹਦਾ ਫਾਇਦਾ ਨਾ ਕੇਵਲ ਆਰੀਆਂ ਵਾਲ ਨੂੰ ਬਲਕਿ ਆਲੇ ਦੁਆਲੇ ਦੇ 8 ਦਸਾਂ ਪਿੰਡਾਂ ਨੂੰ ਇਸ ਕਮਿਊਨਿਟੀ ਹਾਲ ਦਾ ਫਾਇਦਾ ਹੋਏਗਾ ਔਰ ਪੂਰਾ ਵਧੀਆ ਖੁੱਲਾ ਢੁੱਲਾ ਇਹ ਇਨਾਂ ਨੇ ਹਾਲ ਬਣਾਇਆ ਇਹਦੇ ਇਲਾਵਾ ਇਨਾਂ ਨੇ ਅੱਜ 5 ਪ੍ਰੋਜੈਕਟਸ ਦੇ ਇਹਨੂੰ ਮਿਲਾ ਕੇ ਇੱਕ ਸਾਡੀ ਕਲੋਨੀ ਹੈ ਜਿੱਚ ਅਸੀਂ ਪਲਾਟ ਕੱਟੇ ਆ 5-5 ਮੰਡਲੇ ਦੇ ਔਰ ਇੰਤਕਾਲ ਬੈਨੀਫਿਸ਼ਰੀਜ਼ ਦੇ ਨਾਂ ਹੋ ਗਏ ਆ ਔਰ ਕਿਸੇ ਨਾ ਕਿਸੇ ਸਕੀਮ 'ਚ ਜਦੋਂ ਪੈਸੇ ਆਉਣਗੇ ਤਾਂ ਉਹਨਾਂ ਨੂੰ ਕਰ ਬਣਾਉਣ ਲਈ ਪੈਸੇ ਵੀ ਦੇਣੇ ਆ। ਪਿੰਡ ਦਾ ਛੱਪੜ ਔਰ ਗੰਦਾ ਪਾਣੀ ਦਾ ਨਿਕਾਸ ਉਹ ਉਹਦੇ ਛੱਪੜ ਛੱਪੜ ਬਣਾ ਕੇ ਔਰ ਉਹਦਾ ਜਿਹੜਾ ਪਾਣੀ ਆ ਉਹ ਸਚਾਈ ਲਈ ਵੰਡਿਆ ਜਾਏਗਾ। ਕਿਸਾਨ ਉਹ ਉਹਦਾ ਕਮਾਂਡ ਏਰੀਆ ਬਣਾਵਾਂਗੇ। ਉਹ ਚ ਪਾਈਪਲਾਈਨ ਪੈ ਗਈ ਆ ਔਰ ਪਾਣੀ ਖੇਤਾਂ ਨੂੰ ਜਿਹੜਾ ਗੰਦਾ ਪਾਣੀ ਆ ਉਹਨੂੰ ਟ੍ਰੀਟ ਕਰਕੇ ਛੱਪੜ ਦਾ ਅਸੀਂ ਪਾਣੀ ਖੇਤਾਂ ਨੂੰ ਲਾਵਾਂਗੇ। ਔਰ ਜਿਹੜਾ ਮੈਂ ਸਮਝਦਾ ਇਹ ਸਹੀ ਉਪਰਾਲਾ ਔਰ ਆਉਣ ਵਾਲੇ ਸਮੇਂ ਚ ਸਾਨੂੰ ਪਾਣੀ ਬਚਾਉਣ ਦੀ ਗੱਲ ਕਰਨੀ ਪੈਣੀ ਆ ਤਾਂ ਹੀ ਇਹ ਹਮੇਸ਼ਾ ਲਈ ਅਸੀਂ ਪਾਣੀ ਪੰਜਾਬ ਦਾ ਵਰਤ ਪਾਵਾਂਗੇ ਉਹਦੇ ਇਲਾਵਾ ਦੋ ਪ੍ਰੋਜੈਕਟ ਹੋ ਰਿਹਾ ਇੱਕ ਸੀਵਰੇਜ ਪਾਇ ਜੀ ਇੱਕ ਸੀਵੇਜ ਸਵੇਜੜਾ ਗਲੀਆਂ ਚ ਤੇ ਗਲੀਆਂ ਬਣਾਈਆਂ ਤੇ सरपंच ਨੇ ਤੰਦੇ ਹੀ ਨਾ ਸਕੂਲ ਸਕੂਲ ਦਾ ਜੀ ਸਕੂਲ ਦਾ ਫਿਰ ਉਹ ਸੁਨਦਰੀਕਰਨ ਕੀਤਾ ਉਹਦੇ ਬਾਅਦ ਸਾਹਮਣੇ ਪਾਰਕ ਬਣਾਈ ਆ ਇੰਨਾ ਦਾ ਕੰਮ ਮੇ ਤੋਂ ਗੁਣਾਇਆ ਹੀ ਨਹੀਂ ਹੋਣਾ ਜਿਹੜਾ ਇਹ ਸਾਡਾ ਛੱਪੜ ਦਾ ਜਿਹੜਾ ਸੀਗਾ ਇਹ ਟੋਟਲ 36 ਲੱਖ ਦਾ ਪ੍ਰੋਜੈਕਟ ਸੀਗਾ ਜਿਹੜਾ ਇਹਦੇ ਵਿੱਚੋਂ ਇਹਦਾ ਪਾਥ ਬਣ ਕੇ ਜਿਹੜੇ ਸਿੰਚਾਈ ਵਾਸਤੇ ਖੂਹਿਆਂ ਦੇ ਪਿਲਾਂ ਬਣਾਈਆਂ ਗਈਆਂ ਉਹਦੇ ਥਰੂ ਫਿਰ ਸਿੰਚਾਈ ਵਾਸਤੇ ਖੇਤਾਂ ਨੂੰ ਪਾਣੀ ਦਿੱਤਾ ਗਿਆ ਤੇ ਦੂਜਾ ਸਾਡਾ ਸੀਗਾ ਬਿੰਨੀ ਪੈਲਸ ਬਣਾਇਆ ਜਿਹੜਾ ਕਮਿਊਨਿਟੀ ਹਾਲ ਆ ਉਹ ਤਕਰੀਬਨ 45 ਕੁ ਲੱਖ ਦਾ ਜਿਹੜਾ ਸਾਡਾ ਬਜਟ ਸੀਗਾ ਤੇ ਉਹਦੇ ਨਾਲ ਸਾਡਾ ਕੰਪਲੀਟ ਹੋਇਆ ਜਿਹੜਾ ਸਕੂਲ ਦੇ ਵਿੱਚ ਉਹ ਸਾਡਾ 2.5 ਦਿਨ ਲੱਖ ਰੁਪਏ ਦਾ ਪ੍ਰੋਜੈਕਟ ਸੀਗਾ ਤੇ ਜਿਹੜੇ 5-5 ਮਰਲੇ ਦੇ 플ੌਟ ਦਿੱਤੇ ਆ ਤੇ ਇੱਕ ਸੀਵਰੇਜ ਸਾਡਾ ਪਾਇਆ ਗਿਆ ਤੇ ਇਹ ਸਾਡੇ ਸੀਗੇ ਸਾਰੇ ਕੰਮ ਸਰ ਟੋਟਲ ਕਿੰਨੀ ਲਾਗਤ ਲੱਗੀ ਤੁਹਾਡੀ ਤਕਰੀਬਨ 80 ਕੁ ਲੱਖ ਦੀ ਟੋਟਲ ਸਾਰੇ ਹੁਣੇ ਲਾਗਤ ਹੈ ਤਾਂ ਜਿਵੇਂ ਕਿ ਗੱਲ ਕਰੀਏ ਕਿ ਜੇ ਰਾਣਾ ਗੁਦੇਸ ਸਿੰਘ ਜਿਵੇਂ ਕਿ ਕਾਂਗਰਸ ਦੀ ਸਰਕਾਰ ਦੇ ਤੁਹਾਡੇ ਪਿੰਡ ਦੇ ਵਿੱਚ ਇੰਨਾ ਡਵੈਲਪਮੈਂਟ ਹੋਇਆ ਤਾਂ ਤੁਸੀਂ ਸਾਰੀਆਂ ਚੀਜ਼ਾਂ ਕਿੱਦਾਂ ਦੇ ਦੋ? ਦੇਖੋ ਜੀ ਬਹੁਤ ਵਧੀਆ ਰਾਣਾ ਜੀ ਦੀ ਰਹਿਨਮਾਈ ਹੇਠ ਹੀ ਸਾਰੇ ਕੰਮ ਹੋਏ ਆ ਤੇ ਉਹਨਾਂ ਦਾ ਇਸ ਪਿੰਡ ਨਾਲ ਬਹੁਤ ਪਿਆਰ ਆ। ਉਹਨਾਂ ਨੇ ਜਿਹੜੋ ਵੀ ਅਸੀਂ ਉਹਨਾਂ ਕੋਲੋਂ ਮੰਗਿਆ ਉਹਨਾਂ ਨੇ ਸਾਨੂੰ ਦਿੱਤਾ ਵਾ ਤੇ ਜਿਵੇਂ ਕਿ ਹਰੇਕ ਕੰਮ ਆ ਜਿਵੇਂ ਕਿ 5-5 ਮਰਲੇ ਦੇ ਪਲਾਟ ਸਰਕਾਰ ਚੇਂਜ ਚੀਫ ਮਿਨਿਸਟਰ ਚੇਂਜ ਹੋਣ ਤੇ ਕੰਮ ਸ਼ੁਰੂ ਹੋਇਆ ਵਾ। ਠੀਕ ਹੈ ਉਹਨਾਂ ਨੇ ਸਾਡੇ ਡੇਡ ਦੋ ਸਾਲ ਪਹਿਲਾਂ ਹੀ ਕੰਮ ਕਰਾਤਾ ਸੀ ਪੰਜ ਪੰਜ ਮਰਲੇ ਦੇ ਪਲੋਟਾਂ ਦਾ ਠੀਕ ਹੈ ਉਹ ਬਹੁਤ ਇਸ ਪਿੰਡ ਨੂੰ ਆਪਣਾ ਪਿੰਡ ਮੰਨਦੇ ਆ ਇਸ ਕਰਕੇ ਉਹਨਾਂ ਨੇ ਬਹੁਤ ਹੀ ਇਸ ਦੇ ਵਿੱਚ ਇੰਟਰਸਟਿੰਗ ਲੈਂਦੇ ਆ ਜਦੋਂ ਕੋਈ ਮੈਂ ਕੰਮ ਕਰਦਾ ਉਹ ਆਪ ਚੈੱਕ ਕਰਦੇ ਆਣ ਕੇ ਤੇ ਇੰਨਾ ਕਿ ਸਾਨੂੰ ਪਿਆਰ ਕਰਦੇ ਆ ਜੀ ਪਿੰਡ ਨੂੰ